ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਹੁਣ ਸਾਡੇ ਵਿੱਚ ਨਹੀਂ ਰਹੇ। ਕੁਛ ਮਹੀਨੇ ਪਹਿਲਾਂ ਉਹਨਾਂ ਆਪਣਾ 100ਵਾਂ ਜਨਮਦਿਨ ਮਨਾ ਕੇ ਹਟੇ ਸਨ। 101 ਤੋਂ ਵੱਧ ਪੁਸਤਕਾਂ ਲਿਖਣ ਵਾਲੇ ਜਸਵੰਤ ਸਿੰਘ ਕੰਵਲ ਨੇ 100 ਸਾਲ ਦੀ ਉਮਰ ਤੱਕ ਕਲਮ ਨਹੀਂ ਸੀ ਛੱਡੀ। 27 ਜਨਵਰੀ 1919 ਨੂੰ ਜਨਮੇ ਜਸਵੰਤ ਸਿੰਘ ਕੰਵਲ ਨੇ ਆਪਣੀਆਂ ਰਚਨਾਵਾਂ ਵਿੱਚ ਹਰ ਦੌਰ ਨੂੰ ਕਲਮਬੰਦ ਕੀਤਾ। 1947 ਦੀ ਆਜ਼ਾਦੀ ਦੀ ਲੜਾਈ ਉਹਨਾਂ ਆਪਣੇ ਅੱਖੀਂ ਦੇਖੀ। ਸੈਂਕੜੇ ਨੂੰ ਪਾਰ ਕਰਦੇ ਉਹਨਾਂ ਪੰਜਾਬੀ ਸਾਹਿਤ ਨੂੰ ਅਮੀਰ ਸਾਹਿਤ ਪ੍ਰਦਾਨ ਕੀਤਾ। ਜਿੱਥੇ ਲੋਕ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾਂਦੇ ਹਨ, ਉਹਨਾਂ ਆਪਣੀ ਸਾਰੀ ਉਮਰ ਮਾਂ ਬੋਲੀ ਨੂੰ ਸਮੇਟਣ ਵਿੱਚ ਲਗਾ ਦਿੱਤੀ। ਜੇ ਉਹਨਾਂ ਦੀ ਰਚਨਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੇਂਡੂ ਜੀਵਨ ਤੇ ਸਮਾਜ ਦੇ ਦੱਬੇ ਕੁਚਲੇ ਵਰਗ ਦੀ ਹਾਲਤ ਨੂੰ ਆਪਣੀ ਕਲਮਬੰਦ ਕੀਤਾ। ਉਹਨਾਂ ਦੀਆਂ ਲਿਖੀਆਂ ਹੋਈਆਂ ਕੁਝ ਰਚਨਾਵਾਂ ਪੰਜਾਬੀਓ ਮਰਨਾ ਹੈ ਕਿ ਜੀਣਾ, ਮੁਕਤੀ ਮਾਰਗ, ਲਹੂ ਦੀ ਲੋ, ਹਾਨੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਗੋਰਾਮੁਖ ਸੱਜਣਾ ਦਾ, ਦੇਵਦਾਸ, ਰੂਪਮਤੀ, ਜ਼ਿੰਦਗੀ ਦੂਰ ਨਹੀਂ। ਜ਼ਿੰਦਗੀ ਦੇ 100 ਸਾਲ ਇਸ ਰੂਹਾਨੀ ਦੁਨੀਆ ਵਿੱਚ ਬਿਤਾਉਣ ਤੋਂ ਬਾਅਦ ਜਸਵੰਤ ਸਿੰਘ ਕੰਵਲ 1 ਫਰਵਰੀ 2020 ਨੂੰ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਦੀਆਂ ਲਿਖੀਆਂ ਪੁਸਤਕਾਂ ਨੂੰ ਪੜ੍ਹ ਕੇ ਲੱਖਾਂ ਲੋਕਾਂ ਨੇ PhD ਕੀਤੀ। ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ। ਐਸੇ ਮਹਾਨ ਸਾਹਿਤਕਾਰ ਦੀਆਂ ਰਚਨਾਵਾਂ ਨੂੰ ਆਉਣ ਵਾਲੀ ਪੀੜ੍ਹੀ ਪੜ੍ਹ ਕੇ ਬਹੁਤ ਕੁਝ ਸਿੱਖੇਗੀ, ਕਿਉਂਕਿ ਉਹਨਾਂ ਨੇ ਉਹ ਦੇਖਿਆ ਜੋ ਸਾਡੀ ਸੋਚ ਵਿੱਚ ਵੀ ਨਹੀਂ ਸੀ। ਰਹਿੰਦੀ ਦੁਨੀਆ ਤੱਕ ਜਸਵੰਤ ਸਿੰਘ ਕੰਵਲ ਦਾ ਨਾਮ ਪੰਜਾਬੀ ਸਾਹਿਤ ਵਿੱਚ ਧਰੂ ਤਾਰੇ ਵਾਂਗ ਚਮਕੇਗਾ। ਪਰਮਾਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਤੇ ਰੂਹ ਨੂੰ ਆਤਮਿਕ ਸ਼ਾਂਤੀ ਦੇਵੇ। ਘੈਂਟ ਪੰਜਾਬ।